ਕਿਹੜੇ ਵਾਰਡ 'ਚ ਰਹਿਣ ਵਾਲੇ ਹੋ ਜੀ? ਇਕਬਾਲ ਕੌਰ ਨਾਮ ਹੈ ਮੇਰਾ, ਅਸੀਂ ਵਾਰਡ ਨੰਬਰ 2 'ਚ ਰਹਿੰਦੇ ਹਾਂ ਜੀ। ਕੀ ਗੱਲ ਹੋ ਗਈ ਜੀ? ਪਤਾ ਨਹੀਂ ਜੀ, ਇੱਕ ਲੱਗ ਤਾਂ ਤੂਫਾਨ ਆਇਆ ਬਹੁਤ ਜ਼ਿਆਦਾ ਮੀਂਹ, ਪਤਾ ਨਹੀਂ ਲੱਗਿਆ ਸਾਨੂੰ ਤਾਂ, ਜਾਂ ਖੜਕਾ ਸੁਣਿਆ ਸਾਨੂੰ ਤਾਂ ਜਦ ਪਤਾ ਲੱਗਿਆ ਜੀ। ਕੀ ਹੋਇਆ ਸੀ ਵੀ? ਕਿਆ ਗਿਰਿਆ ਸੀ ਉੱਪਰ? ਇਕਦਮ ਫਟਾਫਟ ਭੱਜੇ ਤਾਂ ਦੇਖਿਆ ਆ ਕੇ ਵੀ ਟਾਵਰ ਗਿਰਿਆ ਪਿਆ। ਕੋਈ ਨੁਕਸਾਨ ਹੋਇਆ? ਨੁਕਸਾਨ ਹੋਇਆ ਜੀ, ਆਹ ਸਾਡੀ ਟੈਂਕੀ ਤੋੜਤੀ ਜੀ, ਕੰਧ ਘੇਰਤੀ ਜੀ, ਆਹ ਮਾੜਾ ਮੋਟਾ ਸਾਨੂੰ ਕੋਈ ਚਾਹੀਦਾ ਨਾ। ਤੁਹਾਡੇ ਛੱਤ ਤੇ ਕਾਫੀ ਨੁਕਸਾਨ ਨਜ਼ਰ ਆ ਰਿਹਾ। ਹਾਂਜੀ ਹਾਂਜੀ, ਅੱਗੇ ਵੀ ਤੁਸੀਂ ਛੱਤ ਤੇ ਘੁੰਮਦੇ ਫਿਰਦੇ ਹੋ? ਹਾਂਜੀ, ਫਿਰਦੇ ਅਸੀਂ ਰੋਜ਼, ਉੱਪਰ ਘੁੰਮਦੇ, ਕੱਪੜੇ ਵੀ ਸੁੱਕਣੇ ਪਾਉਂਦੇ, ਸਭ ਕੁਝ ਕਰਦੇ ਹਾਂ। ਕੀ ਮੰਗ ਕਰਦੇ ਹੋ ਜੀ? ਅਸੀਂ ਇਹੀ ਮੰਗ ਕਰਦੇ ਵੀ ਸਾਡਾ ਮੈਡਮ ਨੁਕਸਾਨ ਹੋਇਆ ਮਾੜਾ ਮੋਟਾ, ਠੀਕ ਆ, ਟਾਵਰ ਚਕਾਓ। ਭਾਜੀ ਕੀ ਨਾਮ ਆਪਣਾ? ਹੇਮਰਾਜ ਹੈ ਜੀ। ਕੀ ਗੱਲ ਹੋ ਗਈ ਜੀ? ਇਹ ਇੱਕ ਤਾਂ ਟਾਵਰ ਲੱਗਿਆ ਬਾਈ ਧਰਮਸਾਲਾ ਦੇ ਉੱਪਰ, ਇਹ ਸੀਸੀਟੀਵੀ ਕੈਮਰਿਆਂ ਦਾ ਦੱਸਿਆ ਜਾ ਰਿਹਾ, ਤੇ ਇੱਕ ਤਾਂ ਇਹਨਾਂ ਹਲਕਾ ਲਾਇਆ ਵਾ, ਮਾੜੀ ਜਿਹੀ ਹਨੇਰੀ ਨਾਲ ਗਿਰ ਗਿਆ, ਆਹ ਨੁਕਸਾਨ ਹੋ ਗਿਆ ਜੀ। ਤੇ ਜੇ ਜ਼ਿਆਦਾ ਹਨੇਰੀ ਆਉਂਦੀ ਇਹਨੇ ਖਬਰ ਕਿੱਥੇ ਹੋਣਾ ਤਾਂ। ਇਹ ਟਾਵਰ ਕਿਹਨਾਂ ਦਾ ਲੱਗਿਆ ਬਾਈ? ਇਹ ਸੀਸੀਟੀਵੀ ਕੈਮਰਿਆਂ ਦਾ ਜੀ। ਜਦੋਂ ਗਿਰਿਆ ਤੁਹਾਨੂੰ ਪਤਾ ਚੱਲਿਆ ਜੀ? ਹਾਂਜੀ ਹਾਂ, ਘਰ ਦੇ ਨੀਚੇ ਤੇ ਇਹਨਾਂ ਨੇ ਜਦੇ ਫੋਨ ਕਰਿਆ, ਕਹਿੰਦੇ ਵੀ ਬਹੁਤ ਧਮਾਕਾ ਹੋਇਆ ਉੱਪਰ, ਬਾ ਮੈਂ ਕੰਮ ਤੇ ਸੀਗਾ ਤਾਂ ਮੈਂ ਭੱਜਿਆ ਭੱਜਿਆ ਆਇਆ, ਜਦ ਦੇਖਿਆ ਇਹ ਟਾਵਰ ਗਿਰਿਆ ਪਿਆ। ਹੁਣ ਤੁਸੀਂ ਕੀ ਕਰਿਆ ਜੀ? ਇੱਕ ਤਾਂ ਇਹਨੂੰ ਚੁਕਾਇਆ ਜਾਵੇ ਜੀ ਇੱਥੋਂ, ਤੇ ਦੂਜਾ ਸਾਡਾ ਨੁਕਸਾਨ ਭਰਿਆ ਜਾਵੇ। ਸਰ ਕੀ ਨਾਮ ਆਪਣਾ ਜੀ? ਮੇਰਾ ਨਾਮ ਹਰਭਜਨ ਸਿੰਘ ਹੈ ਜੀ। ਕਿਹੜੇ ਵਾਰਡ 'ਚ ਰਹਿੰਦੇ ਹੋ ਜੀ? ਵਾਰਡ ਨੰਬਰ 3 ਹੈ ਜੀ। ਤੁਹਾਡੇ ਪਿੱਛੇ ਇੱਕ ਟਾਵਰ ਡਿੱਗਿਆ ਹੋਇਆ, ਕੀ ਹੋਇਆ ਜੀ? ਇਹ ਹੁਣ ਹਨੇਰੀ ਤੂਫਾਨ ਆਈ ਹੈ ਅਤੇ ਇਹਦੇ ਕਰਕੇ ਮਤਲਬ ਸਾਡਾ ਨੁਕਸਾਨ ਵੀ ਹੋਇਆ, ਸਾਰੀ ਪਾਣੀ ਟੈਂਕੀ ਟੁੱਟ ਗਈ ਅਤੇ ਬਾਕੀ ਦੀਵਾਰ ਗਿਰ ਗਈ। ਤੁਸੀਂ ਘਰ 'ਚ ਸੀ ਕਿ ਜਦੋਂ ਤੂਫਾਨ ਆਇਆ ਜੀ? ਹਾਂ ਅਸੀਂ ਘਰ ਸੀ। ਤੇ ਕਿਸ ਤਰ੍ਹਾਂ ਦੀ ਆਵਾਜ਼ ਆਈ, ਕੋਈ ਪਤਾ, ਕਿਸ ਤਰ੍ਹਾਂ ਪਤਾ ਲੱਗਿਆ ਤੁਹਾਨੂੰ? ਸਾਰਾ ਇੱਦਾਂ ਮਤਲਬ ਇੱਕ ਤਰ੍ਹਾਂ ਦਾ ਇੱਦਾਂ ਗਿਰਿਆ ਜੀ, ਮਤਲਬ ਧਮਾਕੇ ਵਾਂਗੂ ਇੱਕਦਮ ਧਮਾਕਾ ਹੋਇਆ। ਅਤੇ ਫਿਰ ਤੁਸੀਂ ਛੱਤ 'ਤੇ ਆ ਕੇ ਦੇਖਿਆ? ਛੱਤ 'ਤੇ ਆ ਕੇ ਦੇਖਿਆ, ਸਾਰਾ ਗਿਰਿਆ ਪਿਆ ਜੀ। ਅਤੇ ਕੀ ਮੰਗ ਕਰਦੇ ਹੋ? ਅਸੀਂ ਤਾਂ ਮੰਗ ਕਹਿ, ਚਲੋ ਇਹਦਾ ਜੋ ਹੈ ਮਾੜੀ ਮੋਟੀ ਰਿਪੇਅਰ ਹੋਣੀ ਚਾਹੀਦੀ ਹੈ ਜੀ, ਜੋ ਨੁਕਸਾਨ ਹੋਇਆ। ਇਹ ਟਾਵਰ ਹੈ ਕਿਹਨਾਂ ਦਾ? ਇਹ ਟਾਵਰ ਆਪਣਾ ਇਹ ਆਪਣਾ ਧਰਮਸਾਲਾ ਦੇ ਉੱਪਰ ਲੱਗਿਆ ਹੋਇਆ ਜੀ ਇਹ।